ਲਓ ਜੀ ਬੱਚਿਆਂ ਨੇ ਪਹਿਲੀ ਵਾਰੀ ਕਛਵਾ ਵੇਖਿਆ ਹੈ। ਇਹ ਵੇਖੋ ਇਹ ਮੋਮਿਨ, ਖਾਸ ਤੌਰ 'ਤੇ ਮੋਮਿਨ ਨੇ ਪਹਿਲੀ ਵਾਰੀ ਕਛਵਾ ਵੇਖਿਆ ਹੈ। ਦੇਖੋ ਇਹ ਪਿੰਡ ਦਾ ਬੱਚਾ ਜੀ, ਉਹਨੇ ਚੱਕ ਕੇ ਅਤੇ ਬਾਹਰ ਛੋੜਿਆ, ਬਾਹਰ ਲੈ ਰਿਹਾ ਹੈ, ਉਹਨੇ ਬਾਹਰ ਲਿਆ ਕਛਵੇ ਨੂੰ। ਇਹ ਕਛਵਾ ਜੀ, ਅਤੇ ਮੋਮਿਨ ਜ਼ਰਾ ਇਹਨੂੰ ਲੈ ਕੇ ਜਾਣਾ ਘਰ ਇਹਨੂੰ। ਹੈਂ, ਸ਼ੌਕ ਹੈ। ਪਾਲਣਾ ਹਾਂ। ਅੱਛਾ, ਸਕੂਲ ਮੇ ਕਹਾਂ ਆ ਗਿਆ? ਗਾਰਡਨ ਮੇ ਮਾਰੇ ਮਾਰੇ ਗਾਰਡਨ ਮੇ ਵੀ ਆਇਆ ਹੂੰ, ਮਾਰੇ ਗਰਾਊਂਡ ਕੇ ਬਾਹਰ ਵੀ। ਬਾਲਾਂ ਦੀ ਖੁਸ਼ੀ, ਇੱਕ ਮਿੰਟ ਮਿੱਟੀ ਨਾ ਉਡਾਓ ਯਾਰ। ਤੇ ਬਾਲਾਂ ਦੀ ਖੁਸ਼ੀ ਵੇਖੋ, ਕਿੰਨਾ ਖੁਸ਼ ਹੋ ਰਹੇ ਨੇ। ਬਾਲਾਂ ਨੇ ਕਛਵਾ ਚੱਕਿਆ ਹੈ, ਇੱਧਰ ਉਹਦੇ ਕੋਲ ਆ, ਉਹਦੇ ਕੋਲ ਆ। ਅੱਜ ਦੇ ਵੇਖੋ ਜੀ, ਸੈਲਫੀਆਂ ਬਣਾ ਰਹੇ ਨੇ ਅਤੇ ਸਾਰੇ ਖੁਸ਼ ਹੋ ਰਹੇ ਨੇ, ਇੰਜੋਏ ਕਰ ਰਹੇ ਨੇ ਕਿ ਜਨਾਬ ਇਹਨਾਂ ਨੇ ਕਛਵਾ ਫੜ ਲਿਆ। ਅਤੇ ਕਛਵਾ ਹਰ ਕੋਈ ਇਹਨੂੰ ਜਿਹੜੇ ਟੱਚ ਕਰਕੇ ਚੈੱਕ ਕਰੇ ਕਿ ਅਸਲ ਇਹ ਕਹਿ ਕੇ ਨਕਲੀ ਹੈ। ਅਸਲ ਹੈ ਸਾਰੇ ਬੱਚੇ ਜਿਹੜੇ ਨੇ ਪਿੰਡ ਆਏ ਹੋਏ ਸੀ, ਅਤੇ ਪਿੰਡ ਦੇ ਵਿੱਚ ਜਿਹੜਾ ਹੈ ਉੱਥੇ ਇਹਨਾਂ ਬੱਚਿਆਂ ਨੂੰ ਕਛਵਾ ਨਜ਼ਰ ਆਇਆ, ਅਤੇ ਇਹ ਵਿਚਾਰੇ ਉਹਨਾਂ ਦੀ ਜਾਨ ਵੀ ਨਹੀਂ ਛੱਡਦੇ ਪਏ। ਹਾਂਜੀ, ਇਹਨੂੰ ਕੀ ਕਰਨਾ ਜੀ? ਘਰ ਘਰ ਪਾਲਿਆ ਜਾਂਦਾ ਹੈ ਕਛਵਾ? ਕਦੀ ਦੇਖਿਆ ਕਿਸੇ ਨੇ ਘਰ ਰੱਖਿਆ ਹੋਇਆ ਕਛਵਾ? ਨਹੀਂ ਤੇ ਕੀ ਤੂੰ ਚੱਕਿਆ? ਅੱਛਾ, ਇਹਨੂੰ ਹੁਣ ਕਿਤੇ ਸੁੱਟਿਆ? ਇਹਨੂੰ ਰੱਖ ਦਿਓ, ਥੱਲੇ ਰੱਖ ਦਿਓ ਫਿਰ ਇਹਨੂੰ। ਨਹੀਂ, ਇਹ ਫਿਰ ਪਾਣੀ 'ਚ ਚਲਾ ਗਿਆ ਤਾਂ ਵਾਪਸ ਨਹੀਂ ਆਏਗਾ। ਹਾਂਜੀ, ਕਰੋ ਕਰੋ ਇੰਜੋਏ ਕਰੋ ਕਛਵੇ ਨਾਲ। ਹੈ ਇਹ ਅਗਰ ਇਹਨੇ ਚੱਕ ਵੜ ਲਿਆ ਤੇ ਫਿਰ ਕੀ ਕਰੋਗੇ ਤੁਸੀਂ ਜ਼ਾਲਮੋ? ਓ ਅੱਛਾ, ਕਿਧਰ? ਚਲੋ ਜੀ, ਉਹਨੇ ਲੈ ਕੇ ਜਾ ਰਹੇ ਨੇ ਇਹਨੂੰ। ਵੈਸੇ ਬੱਚੇ ਕੋਈ ਨਵੀਂ ਸ਼ਹਿਰ ਵੇਖ ਲਓ ਤੇ ਇੰਜੋਏ ਤੇ ਫਿਰ ਫੁੱਲੀ ਕਰਦੇ ਨੇ ਜਿਵੇਂ ਆ ਬੱਚੇ ਕਰ ਰਹੇ ਨੇ। ਹੁਣ ਪਤਾ ਨਹੀਂ ਇਹਨੂੰ ਕਿੱਧਰ ਲੈ ਕੇ ਚੱਲੇ ਨੇ ਕਛਵੇ ਨੇ।